ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਤੋਂ। ਬਹੁਤ ਖੁਸ਼ਖਬਰੀ ਵਾਲਾ ਦਿਨ ਹੈ ਜੀ। ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਦਾ ਮੱਲੀਆਂ ਵਿਲੇਜ ਹੈਗਾ, ਤਲਵੰਡੀ ਮੱਲੀਆਂ ਤੋਂ ਵੀਜ਼ਾ ਆਇਆ ਹੈ। ਇੱਕ ਰਿਫਿਊਜ਼ਲ ਸੀ ਬੱਚੇ ਦਾ, ਪਹਿਲਾਂ 3 ਸਾਲ ਦਾ ਗੈਪ ਸੀ, 5.5 ਬੈਂਡ ਸੀ ਇੱਕ 'ਚੋਂ। ਉਹਨਾਂ ਦੇ ਫਾਦਰ ਸਾਹਿਬ ਤੋਂ ਪੁੱਛਾਂਗੇ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਸਰ, ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਸਾਡੇ ਨਾਲ। ਹਾਂਜੀ, ਤੁਹਾਡੇ ਨਾਲ ਤਾਂ ਬਹੁਤ ਵਧੀਆ ਰਿਹਾ ਜੀ। ਤੁਹਾਨੂੰ ਕੋਈ ਗੇੜੇ ਨਹੀਂ ਲੱਗਣੇ ਨਾ ਜੀ? ਲੱਗੇ ਤੁਹਾਡੇ? ਕੋਈ ਗੇੜੇ ਨਹੀਂ ਲੱਗੇ, ਕੋਈ ਖਰਾਬ ਨਹੀਂ ਕੀਤਾ। ਤੁਹਾਡਾ ਜਿਵੇਂ ਮੈਂ ਪਹਿਲਾਂ ਜਲੰਧਰ ਲਾਇਆ ਸੀਗਾ ਜੀ, ਉੱਥੋਂ ਮਤਲਬ ਸਾਡਾ ਰਿਫਿਊਜ਼ਲ ਹੋ ਗਿਆ ਸੀ। ਉੱਥੇ ਬੜਾ ਬੈਡ ਐਕਸਪੀਰੀਅੰਸ ਰਿਹਾ ਬੈਡ ਤੁਹਾਡਾ? ਐਕਸਪੀਰੀਅੰਸ ਹੋਇਆ। ਸੋ ਬਹੁਤ ਸਾਰੇ ਸਟੂਡੈਂਟ ਔਰ ਪੇਰੈਂਟਸ ਸੋਚਦੇ ਕਿ ਆਪਾਂ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਲੰਧਰ ਨੂੰ ਜਾ ਰਹੇ ਹੈ, ਲੁਧਿਆਣਾ ਜਾ ਰਹੇ ਹੈ, ਚੰਡੀਗੜ੍ਹ ਜਾ ਰਹੇ ਹੈ, ਸਪੈਸੀਫਿਕਲੀ ਜਗਰਾਉਂ ਰੀਜਨ ਦੇ। ਤਾਂ ਮੈਂ ਤੁਹਾਨੂੰ ਕਹਾਂਗਾ ਕਿ ਇੱਕ ਵਾਰ ਤੁਸੀਂ ਵੈਨਿਊਰ ਇੰਗਲਿਸ਼ ਤੇ ਜ਼ਰੂਰ ਵਿਜ਼ਿਟ ਕਰੋ। ਤੁਹਾਨੂੰ ਮੋਗਾ, ਜਲੰਧਰ, ਲੁਧਿਆਣਾ ਜਾਂ ਮੋਹਾਲੀ ਜਾਣ ਦੀ ਬਿਲਕੁਲ ਜ਼ਰੂਰਤ ਨਹੀਂ ਵੀਜ਼ਾ ਅਪਲਾਈ ਕਰਨ ਦੀ। ਤੁਹਾਡੇ ਸਾਹਮਣੇ 5.5 ਬੈਂਡ ਦੇ ਨਾਲ ਵੀਜ਼ਾ, ਜਿਹੜਾ 3 ਸਾਲ ਦੇ ਗੈਪ ਨਾਲ ਅਸੀਂ ਲੈ ਕੇ ਆਉਂਦਾ, ਔਰ ਸਾਡੇ ਕੋਲ ਪੇ ਆਫਟਰ ਵੀਜ਼ਾ ਵੀ ਅਵੇਲੇਬਲ ਹੈ। ਸੋ ਸਰ, ਜੇ ਤੁਸੀਂ ਕਿਸੇ ਨੂੰ ਰੈਕਮੈਂਡ ਕਰਨਾ ਚਾਹੋਗੇ, ਕੀ ਕਹੋਗੇ ਕਿ ਵੈਨਿਊਰ ਇੰਗਲਿਸ਼ ਬਾਰੇ? ਬਹੁਤ ਵਧੀਆ। ਚਲੋ, ਥੈਂਕ ਯੂ ਜੀ, ਮੈਨੀ ਮੈਨੀ ਕੰਗ੍ਰੈਚੁਲੇਸ਼ਨਸ। ਥੈਂਕ ਯੂ।